ਅੱਛਾ ਕਹਿੰਦੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਬੜਾ ਵੱਡਾ ਭੇਦਭਾਵ ਹੁੰਦਾ ਹੈ ਕਿਹੜਾ ਭਲਾ ਕੀ ਆ ਜਾਂਦਾ ਤੁਸੀਂ ਸ਼ੂਦਰ ਹੋ ਕੀ ਕਿਹਾ ਜਾਂਦਾ ਹੈ ਸ਼ੂਦਰ ਹੋ ਤੁਸੀਂ ਤੁਸੀਂ ਸਾਡੇ ਨਾਲ ਬਹਿ ਕੇ ਖਾਣਾ ਤੇ ਬੜੀ ਦੂਰ ਦੀ ਗੱਲ ਰੱਖੀ ਜੇ ਤੁਸੀਂ ਸਾਨੂੰ ਟੱਚ ਵੀ ਕਰ ਜਾਓਗੇ ਨਾ ਤੇ ਸਾਨੂੰ ਇਸ਼ਨਾਨ ਕਰਨਾ ਪੈਣਾ ਬੋਲੋ ਮੈਂ ਤੇ ਪਿਛਲੇ ਦਿਨਾਂ ਵਿੱਚ ਇੱਕ ਗੱਲ ਕਹਿਤੀ ਮੈਂ ਕਿਹਾ ਵੀ ਆਮ ਕਰਕੇ ਬ੍ਰਾਹਮਣ ਇਹ ਗੱਲ ਕਹਿ ਦਿੰਦਾ ਮੈਂ ਨਹੀਂ ਇਹ ਗੱਲ ਗ੍ਰੰਥ ਕਹਿੰਦੇ ਨੇ ਬਕਾਇਦਾ ਜੇ ਬ੍ਰਾਹਮਣ ਨੂੰ ਸ਼ੂਦਰ ਟੱਚ ਕਰ ਜਾਵੇ ਨਾ ਤੇ ਕਹਿੰਦੇ ਫੇਰ ਬ੍ਰਾਹਮਣ ਪਿੱਟਿਆ ਜਾਂਦਾ ਤੇ ਫਿਰ ਸਟਰੋਂਗ ਦੋਹਾ ਚੋਂ ਕੌਣ ਹੋਇਆ ਸ਼ੂਦਰ ਹੀ ਹੋਇਆ ਨਾ ਜਿਹਦਾ ਅਸਰ ਬ੍ਰਾਹਮਣ ਤੇ ਹੋ ਗਿਆ ਬ੍ਰਾਹਮਣ ਦਾ ਅਸਰ ਨਹੀਂ ਸ਼ੂਦਰ ਤੇ ਹੋ ਗਿਆ ਭਾਈ ਬੋਲੋ ਭਾਈ ਬ੍ਰਾਹਮਣ ਦਾ ਅਸਰ ਨਹੀਂ ਸ਼ੂਦਰ ਤੇ ਹੋ ਗਿਆ ਸ਼ੂਦਰ ਦਾ ਅਸਰ ਬ੍ਰਾਹਮਣ ਤੇ ਹੋ ਗਿਆ ਫਿਰ ਦੋਹਾਂ ਦੇ ਵਿੱਚੋਂ ਤਗੜਾ ਕੌਣ ਰਿਹਾ ਮੈਂ ਤੇ ਤੁਹਾਨੂੰ ਪੁੱਛਦਾ ਮੈਂ ਇਹ ਮੰਦਰ ਵਿੱਚ ਨਹੀਂ ਬੜ ਸਕਦਾ ਜੇ ਮੰਦਰ ਵਿੱਚ ਚਲਾ ਗਿਆ ਮੰਦਰ ਪਿੱਟਿਆ ਜਾਏਗਾ ਕਿਉਂ ਭਾਈ ਕਿਉਂ ਨਹੀਂ ਜਾ ਸਕਦਾ ਤੁਹਾਨੂੰ ਪਤਾ ਨਹੀਂ ਕਿ ਡਾਕਟਰ ਭੀਮਰਾਓ ਅੰਬੇਦਕਰ ਨਾਲ ਕੁਝ ਲੋਕਾਂ ਨੇ ਕੀ ਕੀ ਕੁਝ ਕੀਤਾ ਸਾਚੀ ਸਾਕੀ ਸਰਦਾਰ ਕਪੂਰ ਸਿੰਘ ਵਾਲੀ ਪੜਨਾ ਡਾਕਟਰ ਭੀਮਰਾਓ ਅੰਬੇਦਕਰ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਸੀ ਨਾ ਤੇ ਪੱਗ ਬਨ ਕੇ ਆਏ ਸੀ ਨੋਟ ਕਰਿਆ ਜੇ ਬਖਰੀ ਗੱਲ ਹੈ ਕਿ ਪੱਗ ਵਾਲੀ ਕੋ ਫੋਟੋ ਨਹੀਂ ਮਿਲਦੀ ਪੱਗ ਬਨ ਕੇ ਆਏ ਸਨ ਤੇ ਪੱਗ ਬਨ ਕੇ ਜਦੋਂ ਦਰਬਾਰ ਸਾਹਿਬ ਗਏ ਕਹਿੰਦੇ ਮੈਂ ਵੀ ਸਿੰਘ ਸਜਾਂਗਾ ਤੇ ਮੇਰੇ ਨਾਲ 6 ਕਰੋੜ ਮੇਰੇ ਸਮਰਥਕ ਵੀ ਸਿੰਘ ਸੱਜਣਗੇ ਹਾਂ ਉਦੋਂ ਬੜੀ ਵੱਡੀ ਮਿਸਟੇਕ ਤੁਹਾਡੇ ਆਗੂਆਂ ਵੱਲੋਂ ਹੋਈ ਸੀ ਕਿਉਂਕਿ ਤੁਹਾਡੇ ਆਗੂ ਸਦਾ ਕੀ ਦਿੱਲੀ ਦੇ ਗੁਲਾਮ ਰਹੇ ਨੇ ਬੋਲੋ ਹੁਣ ਮੰਨਣੀ ਪੈਗੀ ਇਹ ਗੱਲ ਤੁਸੀਂ ਜੇ ਸੁਣ ਸਕਦੇ ਹੋ ਤੇ ਮੈਂ ਸੁਣਾ ਦਿੰਨਾ ਵਾਂ ਜੇ ਤੁਸੀਂ ਛੋਟੀਆਂ ਛੋਟੀਆਂ ਕਹਾਣੀਆਂ ਸੁਣਨੀਆਂ ਨੇ ਮੈਨੂੰ ਬੜੀਆਂ ਹੁੰਦੀਆਂ ਜੇ ਉਹ ਸੁਣਾਵਾ ਕਿ ਸੱਚ ਸੁਣਾਵਾ ਹੁਣ ਤੁਸੀਂ ਬੋਲੋ ਸੱਚ ਸੁਣਾਵਾ ਨਾ ਹੁਣ ਇੱਕ ਚੀਜ਼ ਨੋਟ ਕਰਿਆ ਜੇ ਮੁੰਬਈ ਤੁਸੀਂ ਸਾਰੇ ਗਏ ਹੋ ਮੁੰਬਈ ਵਿੱਚ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾਦਰ ਤੇ ਦਾਦਰ ਦੇ ਡਾਕੂਮੈਂਟ ਕਢਾ ਕੇ ਦੇਖਿਆ ਜੇ ਦਾਦਰ ਦੇ ਡਾਕੂਮੈਂਟ ਡਾਕਟਰ ਭੀਮrao ਅੰਬੇਦਕਰ ਦੇ ਨਾਮ ਤੇ ਬੋਲਦੇ ਨੇ ਐਗਜ਼ਾਮਪਲ ਦੇ ਰਿਹਾ ਮੈਂ ਬਕਾਇਦਾ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾਦਰ 메ਨ ਰੋਡ ਦੇ ਉੱਪਰ ਹੈ ਜ਼ਮੀਨ ਕਰੋੜਾਂ ਦੇ ਵਿੱਚ ਹੈ ਡਾਕਟਰ ਭੀਮrao ਅੰਬੇਦਕਰ ਨੇ ਇਹ ਜਗ੍ਹਾ ਕਿਸੇ ਮੰਦਰ ਨੂੰ ਕਿਉਂ ਨਹੀਂ ਦੇ ਦਿੱਤੀ ਇਹ ਜਗ੍ਹਾ ਕਿਸੇ ਹੋਰ ਚੀਜ਼ ਨੂੰ ਕਿਉਂ ਨਹੀਂ ਦੇ ਦਿੱਤੀ ਤੁਹਾਨੂੰ ਗੁਰਦੁਆਰੇ ਵਾਸਤੇ ਕਿਉਂ ਦਿੱਤੀ ਇਹਦਾ ਅਰਥ ਇਹ ਹੈ ਕਿ ਸਿੱਖ ਵਿਚਾਰਧਾਰਾ ਤੇ ਅੰਬੇਦਕਰ ਵਿਚਾਰਧਾਰਾ ਇਹ ਬ੍ਰਾਹਮਣੀ ਵਿਚਾਰਧਾਰਾ ਦੇ ਵਿਰੋਧ ਵਿੱਚ ਨੇ ਆ ਕੋ ਸਤਨਾਮ ਸ੍ਰੀ ਇਹ ਦੋ ਵਿਚਾਰਧਾਰਾ ਜਿਹੜੀਆਂ ਨੇ ਬ੍ਰਾਹਮਣੀ ਵਿਚਾਰਧਾਰਾ ਦੇ ਵਿਰੋਧ ਵਿੱਚ ਨੇ ਇਹ ਕਦੀ ਇਕੱਠੇ ਨਾ ਹੋ ਜਾਣ ਇਸ ਕਰਕੇ ਸਦਾ ਤੋਂ ਇਸ ਤਰ੍ਹਾਂ ਦੇ ਪ੍ਰਯਾਸ ਚੱਲਦੇ ਰਹੇ ਨੇ ਜਦੋਂ ਦੇਖਿਆ ਵੀ ਅੰਬੇਦਕਰ ਸਿੰਘ ਸਦ ਗਿਆ ਤੇ ਇਹ ਦੋ ਸ਼ਕਤੀਆਂ ਹੋ ਗਈਆਂ ਜੇ ਇਕੱਠੀਆਂ ਤੇ ਰਿਜ਼ਲਟ ਬੜਾ ਜ਼ਬਰਦਸਤ ਆ ਜਾਵੇਗਾ ਤੇ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਸੀ ਡਾਕਟਰ ਭੀਮਰਾਓ ਅੰਬੇਦਕਰ ਨੇ ਕਹਿੰਦੇ ਮੈਂ ਜੰਮਿਆ ਹਿੰਦੂ ਖਾਂ ਪਰ ਮੈਂ ਹਿੰਦੂ ਨਹੀਂ ਮਰਾਂਗਾ ਤੇ 1956 ਦੇ ਵਿੱਚ ਉਹਨਾਂ ਨੇ ਬੋਧ ਧਰਮ ਨਾਗਪੁਰ ਦੀ ਧਰਤੀ ਤੇ ਧਾਰਨ ਕਰ ਲਿਆ ਸੀ ਹਕੀਕਤ ਹੈ ਜੀ ਸਾਰੀਆਂ ਚੀਜ਼ਾਂ ਤੱਥਾਂ ਦੇ ਆਧਾਰ ਤੇ ਤੁਹਾਡੇ ਸਾਹਮਣੇ ਹਨ ਨਾ ਉਸ ਤੋਂ ਬਾਅਦ ਉਹਨਾਂ ਨੇ ਬੋਧ ਧਰਮ ਧਾਰਨ ਕਰ ਰਿਆ ਤੇ ਕੁਝ ਸਮੇਂ ਬਾਅਦ ਉਹ ਅਕਾਲ ਚਰਣਾ ਨ ਕਰ ਗਏ